ਪਲੀਆਂ ਤੇ ਮਲੇਰਕੋਟਲੇ ਦੀਆਂ ਟੀਮਾਂ ਬਈ ਜੀ ਆ ਰਹੇ ਨੇ ਕਿਰਪਾ ਕਰਕੇ ਜਲਦੀ ਨਾਲ ਪਲੀਆਂ ਤੇ ਮਲੇਰਕੋਟਲਾ ਤੇ ਨਾਲ ਹੀ ਜੇਤੂ ਟੀਮ ਬਈ ਜ਼ਰੂਰ ਰੱਖੋ ਕਿਹਦੇ ਨੇ ਜਿੱਤਗੀ ਦੱਸਦੀ ਸੰਬੰਧਗੜ ਛੰਨਾ ਦੀ ਟੀਮ ਜਿਹੜੀ ਜੇਤੂ ਰਹੀ ਹੈ ਲੱਕੀ ਨੂੰ ਮੇਰੀ ਬੇਨਤੀ ਲੱਕੀ ਮੈਚ ਕਰਾ ਦੇ ਭਰਾ ਬਣ ਕੇ ਜਿਹੜਾ ਵੀ ਇੱਕ ਖੜਾ ਦੀ ਮਰਜ਼ੀ ਕਿਰਪਾ ਕਰਕੇ ਮੈਚ ਕਰਾ ਦੇਣ ਤੇ ਇੱਛਾ ਪ੍ਰਵਾਨਾ ਮੈਂ ਜਦੋਂ ਵੀ ਨਾ ਲੱਗਦਾ ਤੇ ਉਹਦੀ ਗਰਾਊਂਡ ਦੇ ਵਿੱਚ ਪੁੱਜਦੇ ਆ ਕਿਉਂਕਿ ਪਹਿਲੇ ਰਾਊਂਡ ਦੇ ਵਿੱਚ ਜਿਹੜੀ ਟੀਮ ਨੇ ਆਈ ਤੇ ਦੂਜੇ ਰਾਊਂਡ ਦੇ ਵਿੱਚ ਮੁੰਡਿਆਂ ਦਾ ਜਿਹੜਾ ਰੰਗ ਓਵਰ ਆਪਾਂ ਕਹਿ ਸਕਦੇ ਹਾਂ ਬਾਈ ਜਿਹੜੀ ਮਿਲੀ ਹੈ ਤੇ ਇੱਧਰ ਹਾਲੇ ਤੱਕ ਮੇਰੇ ਹਿਸਾਬ ਦੇ ਨਾਲ ਬਾਲ ਤੋਂ ਹੱਥ ਸ਼ਾਹ ਪ੍ਰਵਾਨੇ ਨੇ ਨਹੀਂ ਲਾਏ ਤੇ ਟੀਮ ਜਿਹੜੀ ਤੀਜਾ ਰਾਊਂਡ ਸਿੱਧਾ ਜਿੱਤਣਾ ਹੈ। ਹਾਂਜੀ ਹਾਂਜੀ ਵੀਰੇ ਕਰਕੇ ਟੀਮਾਂ ਪਹੁੰਚਣ ਬਾਈ ਦੀ ਵਿਜੇਵਾਲ ਪਹਿਲੇ ਮੇਰਾ ਮੈਚ ਸੀ ਵੀਰੇ ਮੈਂ ਗਿਆ ਵਾ ਵੀ ਹੁਣ ਦੱਸੋ ਕੀ ਕਰਨੇ ਹੋ ਤੇ ਮਲੇਰਕੋਟਲਾ ਟੀਮਾਂ ਬਾਈ ਦੀ ਕਿਰਪਾ ਕਰਕੇ ਆ ਜਾਣਾ 1 ਨੰਬਰ ਗਰਾਊਂਡ ਦੇ ਵਿੱਚ ਤੇ 3 ਨੰਬਰ ਦਾ ਮੈਚ ਆਪਾਂ ਸ਼ੁਰੂ ਕਰਵਾ ਦਈਏ। ਕੀ ਹੋ ਗਿਆ ਬਿੱਲੇ ਵਕੀ ਨਹੀਂ ਬੁਲਾਇਆ ਬਾਈ ਤੇਰਾ ਫੈਸਲਾ ਆਪਾਂ ਨੂੰ ਕੋਈ ਕਰਨਾ ਪੈਣੇ ਪੁੱਛੋ ਹੁਣ ਕਰਦੇ ਕਿ ਥੋੜਾ ਹੁਣ ਦੱਸ ਬਿੱਲੇ ਮੋਟਰਸਾਈਕਲ ਬੁਲਾਉਣਾ ਕਰਦੇ ਮੇਰਾ ਮੈਚ ਸੀ ਬਿੱਲੇ ਬਾਈ ਯਾਰ ਕਰਨੀ ਪੈਣੇ ਇੱਧਰ ਤੇਰਾ ਮੈਚ ਵੀ ਆ ਗਿਆ ਆਪਾਂ ਜਲਦੀ ਨਾਲ ਫੈਸਲਾ ਕਰੀਏ 3 ਨੰਬਰ ਗਰਾਊਂਡ ਰੈਸਰ ਤੇ ਬਾਹਰੋਂ ਆ ਰਵੀ ਬਾਦਰਗੜ ਵੀਰੇ ਤੇ ਬਲੋਟ ਹਰਿਆਣਾ ਐਂਡ ਤਗੜਾ ਮੈਚ ਦੱਸਿਆ ਮਾੜਾ ਹੁਣ ਲੈ ਕੇ ਵੇਲੇ ਕੀ ਬੁਲਾਉਣਾ ਮੋਟਰਸਾਈਕਲ ਬੁਲਾਉਣਾ ਕਿੰਨੀ ਨੂੰ ਬਾਈ ਦੱਸੀ ਮਾੜਾ ਜਿਹਾ ਬੈਠਾ ਸੀ ਰੈਸਰ ਦਾ ਸੀਗਾ ਲਾਈਵ ਅਣਜਾਣ ਸੀ ਥੋੜਾ ਬੰਦਾ ਦੱਸੀ ਕਰਾਂ ਕੀ ਬੁਲਾਉਣਾ ਬੁਲਾਉਣੇ ਆਪਾਂ ਇੱਕ ਦੋ ਸਕੋਰ ਆ ਵੀਰੇ ਇੱਕ ਦੋ ਵੇਲੇ ਦੱਸੀ ਕਰਾਂ ਕੀ ਬੁਲਾਉਣਾ ਵੀਰੇ ਮੇਰਾ ਮੈਚ ਸੀਗਾ ਤੇ ਦੂਜੇ ਪਾਸੇ ਆਪਾਂ ਦੇਖਦੇ ਨੇ ਬਲੋਟ ਹਰਿਆਣੇ ਵਾਲੇ ਮੁੰਡੇ ਹੈ ਬਿੱਲੇ ਕਿੱਧਰ ਭੱਜ ਗਿਆ ਦੱਸ ਕੀ ਬੁਲਾਉਣਾ ਵੀਰੇ ਰਵੀ ਬਹਾਦਰ ਗੜੀਆ ਕਹਿੰਦੇ ਵੀ ਸਾਹਨੇ ਵਾਲੀ ਰਵੀ ਕਹਿੰਦਾ ਲਓ ਸਾਹਨੇ ਵਾਲ ਦੇ ਵਿੱਚ ਮੁੰਡਾ ਪੱਕੇ ਤੌਰ ਤੇ ਰਹਿੰਦਾ ਬਹਾਦਰਗੜ ਜੱਦੀ ਪਿੰਡ ਹੈ ਐਤਕੀ ਦਾ ਸੀਜ਼ਨ ਪੱਕੇ ਤੌਰ ਤੇ ਜਿਹੜਾ ਰੈਸਰ ਦੀ ਟੀਮ ਲਈ ਖੇਡਿਆ ਰਵੀ ਦੀ ਖੇਡ ਬੜੀ ਸੋਹਣੀ ਹੈ ਸਰੀਰ ਵੀ ਮੁੰਡੇ ਦਾ ਦੇਖਣ ਯੋਗ ਹੈ ਜਿਵੇਂ ਸਾਹਨੇ ਜੀ ਦਾਰ ਨੇ ਹੋਰ ਸਾਂਭ ਕੇ ਰੱਖਿਆ ਹੈ ਉਹ ਰਵੀ ਬਹਾਦਰ ਗੜੀਆ ਜੱਸਾ ਰੈਸਰ ਹੀ ਅਗਲੇ ਸਰਵੇ ਕਰਨ ਲਈ ਤਿਆਰ ਹੈ ਐਵੇਂ ਨਾ ਜਿੰਨੇ ਮਾਣ ਬਾਬਾ ਦੌਲਤਾਂ ਦਾ ਕਰੀਏ ਉਹ ਬੋਲੀਏ ਨਾ ਬੋਲ ਬੰਦਾ ਰੱਬ ਕੋਲੋਂ ਕਰੀਏ ਤੇ ਬੂਹੋਂ ਨਿਕਲੀ ਨਾ ਗੱਲ ਬੂਹ ਚ ਪੈਂਦੀ ਉਦੋਂ ਬੰਦਾ ਪੈਰ ਛੱਡੀਏ ਲਿਆ ਫਿਰ ਸਰੀਰ ਵਿੱਚ ਫੁਰਦੀ ਤੇ ਕਿੱਥੇ ਖਾਜੂ ਮਾਰ ਮਿੱਤਰਾ ਉਹ ਚੁੱਪ ਧਾਰ
ਇੰਨਾ ਕਰਨਾ ਹੈ ਨਹੀਂ ਹੁੰਦਾ ਨਲਕਾਰੇ ਮਾਰ ਕੇ ਤੇ ਆਪਾਂ ਉਹ ਨੀ ਜਿਹੜੇ ਪਾਉਂਦੇ ਆ ਸਟੋਰੀਆਂ ਉਹ ਪੱਬ ਜੀ ਚ ਬੰਦਾ ਮਾਰ ਕੇ ਆਪਾਂ ਉਹ ਨੀ ਜਿਹੜੇ ਪਾਉਂਦੇ ਆ ਸਟੋਰੀਆਂ ਪੱਬ ਜੀ ਚ ਬੰਦਾ ਮਾਰ ਕੇ ਲੋ ਪੱਬ ਜੀ ਦਾ ਕਹਿੰਦੇ ਬੜਾ ਕਰੇਜ ਹੈ ਦੁਨੀਆਂ ਸਦਾਈ ਕਰਕੇ ਰੱਖ ਦਿੱਤੀ ਹੈ ਕਈਆਂ ਦੇ ਨਾਤੇ ਜੋੜਦੇ ਹੈ ਕਈਆਂ ਦੇ ਤੋੜਦੇ ਹੈ ਇਧਰ ਗੱਲਾਂ ਹਰ ਭੈਣੀ ਦੇ ਵਿੱਚ ਕੀਤੀਆਂ ਹਾਂ ਹਾਂ ਮੁਕਾਬਲਾ ਆ ਵੀ ਬੜਾ ਯਾਦਗਾਰ ਹੈ ਤਾਂ ਉਹ ਵੀ ਸਭ ਓ ਲਵੇੜੇ ਹੋਣਾ ਜਿੰਨੇ ਵੀ ਦੁਨੀਆਂ ਦੇ ਅੱਜ ਸੁਪਰ ਬੱਬਰ ਖਿਡਾਰੀ ਪੁੱਜੇ ਹੋਏ ਹੈ ਮੈਂ ਵੀ ਜਾਦੂ ਫੈਸਲਾ ਕਰਤਾ ਮੈਚ ਲਾਈਏ ਜਲਦੀ ਦੇ ਨਾਲ ਅੱਜ ਜਾਦੂ ਸਹਾਰ ਨਵਾਜੇ ਵਾਲੇ ਦਾ ਖਾਤੇ ਦੇ ਵਿੱਚ ਹੋਵੇਗਾ ਦੋਨੋਂ ਟੀਮਾਂ ਬੜੇ ਆਤਮ ਵਿਸ਼ਵਾਸ ਦੇ ਨਾਲ ਬੜੀ ਉਮਰ ਸੋਢੀਆਂ ਮੁੰਡੇ ਨੇ ਵੱਡੀ ਮੱਲ ਮਾਰੀ ਹੈ ਵੱਡੀ ਮਿਹਨਤ ਕਰਕੇ ਇੱਕ ਨਾਂ ਬਣਾਇਆ ਹੈ ਨਾਂ ਬਣਾਉਣਾ ਦੁਨੀਆਂ ਤੇ ਬਹੁਤ ਵੱਡੀ ਗੱਲ ਹੈ ਲਓ ਰਵੀ ਸਾਪਣੇ ਵਾਲਾ ਖੇਡਦਾ ਪੱਕੇ ਤੌਰ ਤੇ ਜ਼ਿਲ੍ਹੇ ਬਰਨਾਲੇ ਦੀ ਟੀਮ ਲਈ ਚੱਲ ਚੱਲੀਏ ਜ਼ਿਲ੍ਹੇ ਬਰਨਾਲੇ ਮੇਲੇ ਮਿੱਤਰਾਂ ਦੇ ਭਾੜਾ ਨਹੀਂ ਲੱਗਣਾ ਜ਼ਿਲ੍ਹੇ ਬਰਨਾਲੇ ਦਾ ਮੇਲਾ ਕਹਿੰਦੇ ਬੜਾ ਪ੍ਰਸਿੱਧ ਹੈ ਤੇ ਅੱਜ ਮੇਲਾ ਵਾਲੀਬਾਲ ਦਾ ਆਪਾਂ ਦੇਖਦੇ ਵੀ ਯੋਗੀ ਮਾਜਰਾ ਜ਼ਿਲ੍ਹੇ ਲੁਧਿਆਣੇ ਦੀ ਧਰਤੀ ਜ਼ਿਲ੍ਹੇ ਨੇ ਜਨਮ ਦਿੱਤਾ ਹੈ ਚੱਕਾਂ ਦੇ ਰੂਪ ਨੂੰ ਫੌਲਦਾਰ ਪੈਦਾ ਕੀਤਾ ਹੈ ਜੂਪੇ ਵਰਗੇ ਖਿਡਾਰੀ ਪੈਦਾ ਕੀਤੇ ਹੈ ਤੇ ਉਸ ਜ਼ਿਲ੍ਹੇ ਦੇ ਵਿੱਚ ਅੱਜ ਵੱਡੀਆਂ ਰੌਣਕਾਂ ਹੈ ਦੁਨੀਆਂ ਦੇ ਵੱਡੇ ਖਿਡਾਰੀ ਪੈਦਾ ਕਰਨ ਵਾਲਾ ਜ਼ਿਲ੍ਹਾ ਹੈ ਪ੍ਰਦੀਪ ਦੱਸਦੇ ਆ ਵੀਰੇ ਪ੍ਰਦੀਪ ਗਰੇਵਾਲ ਸਕੋਰ ਦੱਸਦੇ ਆ ਵੇਟ ਦਾ ਵੱਧ ਹੈ ਜੇ ਤੋਂ ਕੁੜੀ ਚੰਡੀਗੜ੍ਹ ਸ਼ਹਿਰ ਦਿੱਤੇ ਮਹਿੰਗੇ ਜੱਟ ਲੁਧਿਆਣੇ ਦਾ ਹੈ ਨੰਬਰ ਦੱਸਦੇ ਆ ਵੀਰੇ ਦੀਆਂ ਗੱਲਾਂ ਹੈ ਤਕੜੇ ਮੁਕਾਬਲੇ ਖੇਡੇ ਜਾ ਰਹੇ ਹੈ ਇਹ ਵੀ ਜਾਦੂ ਆਪਾਂ ਮੈਂ ਚਲਾਈਏ ਜਲਦੀ ਦੇ ਨਾਲ ਇੱਕ ਨੰਬਰ ਦਾ ਵੀ ਮੈਚ ਖੜਾ ਤੇ ਤਿੰਨ ਨੰਬਰ ਦਾ ਵੀ ਮੈਚ ਖੜਾ ਸਮਾਂ ਵੀ ਆਪਣੀ ਚਾਲ ਚੱਲਦਾ ਜਾਂਦਾ ਆਪਾਂ ਸਮੇਂ ਦੀ ਜਿਹੜੀ ਲੈ ਲਓ ਕੱਟ ਲਾਈਨ ਨੂੰ ਹਵਾ ਕੱਢਦੇ ਜਾਵਾਂ ਇੱਕ ਫੈਸਲਾ ਕਰਦੇ ਹੋ ਜਿਹੜਾ ਮਰਜ਼ੀ ਇੱਕ ਫੈਸਲਾ ਲੈਣੀ ਪੈਣਾ ਹਵਾ ਕੱਢ ਕੇ ਲਿਫਾਫੇ 'ਚ ਪਾ ਦਿਓ ਮੈਂ ਹਾਰ ਮਾਇਰੇ ਬਿਨਾਂ ਤੇਰੇ ਵੀ ਚਰਚਾ ਬੜੀ ਰਹਿੰਦੀ ਹੈ ਲੋਕਾਂ ਦੇ ਵਿੱਚ ਤੇ ਨੰਬਰ ਦੱਸੇ ਫਿਰ ਕਿੰਨੇ ਕਿੰਨੇ ਹੈ ਨਿਕਲਦੀ ਨੀ ਮੈਂ ਕੱਢਦਾ ਧੱਕ ਨੂੰ ਸਮਾਰ ਕੇ ਬੇਟਾ ਵਿੱਚ ਨਹੀਂ ਮੰਨਦੀ ਤੂੰ ਤਾਂ ਹੋਰ ਕੱਢ ਲੈ ਬੈਠੇ ਆ ਕਹਿੰਦੇ ਪਹਿਲਾਂ ਨੀ ਸੀ ਕੁਝ ਪਤਾ ਲੱਗਦਾ ਕਿ ਖੜੀ ਕੀ ਜਾਂਦਾ ਹੈ ਤੇ ਹੁਣ ਵਰਮਾ ਵੀ ਐਨ ਕਹਿੰਦੇ ਬੈਠਾ
ਕਿਸੇ ਏਰੀਆ ਚਾਰ ਤਰੇ ਕਰ
ਲਿਆ ਫੜਾ ਮੈਂ ਲਾ ਦਿੰਦਾ।